ਭੋਗਪੁਰ 슈ਗਰ ਮਿਲ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਵਿੱਚ ਮੁਕੰਮਲ ਲੀਡਰਸ਼ਿਪ ਹਾਜ਼ਰ ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਨਿੱਜੀ ਖੰਡ ਮਿਲਾਂ ਦੇ ਚੱਲਣ 'ਚ ਹੋ ਰਹੀ ਦੇਰੀ ਕੈਪਟਨ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਤੇ ਨਿੱਜੀ ਖੰਡ ਮਿਲ ਮਾਲਕਾਂ ਦੇ ਅੜਿਲੇ ਰਵਈਏ ਦੇ ਰੋਸ ਵੱਜੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਰਾਜਮਾਰਗਾਂ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਆਵਾਜ਼ਾਈ ਬੇहद ਪ੍ਰਭਾਵਿਤ ਹੋ ਗਈ ਹੈ ਉੱਥੇ ਹੀ ਭੋਗਪੁਰ 슈ਗਰ ਮਿਲ ਅੱਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਅਕਾਲੀ ਲੀਡਰ ਹਾਜ਼ਰ ਹਨ ਕਿਸਾਨਾਂ ਦੇ ਧਰਨੇ ਦੇ ਚਲਦਿਆਂ ਜਲੰਧਰ ਵਿੱਚ ਆਵਾਜ਼ਾਈ ਬੇहद ਪ੍ਰਭਾਵਿਤ ਹੈ ਸੜਕਾਂ ਉੱਤੇ ਟਰੱਕ ਖੜੇ ਨਜ਼ਰ ਆ ਰਹੇ ਹਨ ਜਲੰਧਰ ਤੋਂ ਚਿਰਾਗ ਸ਼ਰਮਾ ਤੇ ਪਵਨ ਖਰਬੰਦਾ ਦੀ ਰਿਪੋਰਟ ਅਜੀਤ ਵੈਬ ਟੀਵੀ